अमृतसर के शहीद उधम सिंह नगर चौके के नौ के मुरब्बे वाली गली के दरिंदगी दियां हदां पार करन दा एक मामला सामने आया है। वीडियो च तुसीं देख सकते हो कि किवें राह जांदे व्यक्ति वल्लों औरत ते धड़ाधड़ दातर दे नाल वार कीते गए ने। मामला अमृतसर के थाना बी डिवीजन के अधीन आउण दी चौकी शहीद उधम सिंह नगर के इलाका मुरब्बे वाली गली का है, जिथे जवाई ने सासा ते घरवाली ते दातरां दे नाल हमला कीता है। सीसीटीवी कैमरे दे विच इह वीडियो कैद हो गई है, जिस तों बाद इह सोशल मीडिया ते काफ़ी वायरल भी हो रही है। तुसीं देख सकते हो कि किवें शरेआम इस घटना नूं अंजाम दिता गया। पीड़ित सिमरन कौर ने दस्सिया कि उसके पति ने उसके माता पिता दे नाल उसते हमला कर दिता है, ते जिस तों बाद उन्हां नूं हस्पताल दे विच भर्ती करवाया गया। उसने दस्सिया कि उसका पति नशे दा आदी है ते पैसे की मंग करता है, जिसके चलदे उसते अज वार कीते गए ने। उत्थे ही पुलिस नूं शिकायत दर्ज करवा दित्ती गई है ते इंसाफ दी मंग भी कीती गई है। सिमरन कौर कित्थों दे रहण वाले? तरनतारन रोड कृष्णा नगर। की जे मसला जिहड़ा तुहाडे ते हमले होए दी जिहड़ी सीसीटीवी वायरल हो रही है, तुहाडे दातर मारे जा रहे ने, की जे मसला सारा? इह मेरा हसबैंड सी, थर्ड परसन पार्टी नाल नवदीप सिंह। अच्छा, इह थर्ड परसन पार्टी नाल मिल के ते साइड ते हमला कीता इहने। की कारण की है? कारण इह ही कि दो महीनियां तों मेरी सिस्टर लापता ही, जिहड़े मुंडे नाल गई है उन्होंने नाल मेरे हसबैंड कहें कि राजीनामा कर लो 4 लाख रुपया दे के। असी 4 लाख देन तो ना करती, तो उन्होंने नाल मिल के तो पंजे जाने ने सानू बाहर बुलाया। मेरे हसबैंड ने मैं कॉल करके बाहर बुलाया कि तरन तारण रोड मुरब्बे वाली गली दे बाहर बुलाया। मैं पापा ते मम्मा सारे गए हैं बाहर, तो इन्हें पंजे जाने जो दो मोटरसाइकिलों ते आए वो बाकी तो भज गए, तो इन्हें साढ़े ते दातर मारने शुरू करते। एक मेरे मम्मा, एक मेरे पापा, एक मैं, असी तीनों ही जख्मी हैं। मम्मा गुरु नानक हॉस्पिटल ने, पापा सिविल हॉस्पिटल आ, ते मम्मा दा कोई पता नहीं हले कि बचदे आ या किदा वा, वो बहुत सीरियस आ। ਕਿਹੜੇ ਤਿਉਹਾਰ ਨਾਲ ਜਿਹੜਾ ਹਮਲਾ ਕੀਤਾ ਗਿਆ? ਇਹਨਾਂ ਨੇ ਦਾਤਰ ਫੜਿਆ ਸੀ, ਉਹਦੇ ਨਾਲ ਹਮਲਾ ਕੀਤਾ। ਅਤੇ ਕੀ ਨੁਕਸਾਨ ਹੋਇਆ ਕਿਤੇ ਕਿਤੇ? ਨੁਕਸਾਨ ਸਾਡੇ ਹੱਥਾਂ ਦੀਆਂ ਹੱਡੀਆਂ ਸਾਰੀਆਂ ਟੁੱਟ ਚੁੱਕੀਆਂ, ਉਂਗਲਾਂ ਹੱਥਾਂ ਦੀਆਂ ਦਾਤਰ ਧੋਣ 'ਚ ਮਾਰ ਕੇ ਕੁਛ ਨਹੀਂ, ਮਤਲਬ ਸਾਡਾ ਕੁਛ ਨਹੀਂ, ਆਪਣੇ ਵੱਲੋਂ ਨੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਪੁਲਿਸ ਨੂੰ ਕੰਪਲੇਂਟ ਕੋਈ ਕੀਤੀ ਗਈ? ਪੁਲਿਸ ਨੂੰ ਕੱਲ੍ਹ ਦੇ ਪਰਚੇ ਦਿੱਤੇ, ਕੰਪਲੇਂਟ ਕੀਤੀ ਹੈ, ਪਰ ਹਲੇ ਤੱਕ ਕੋਈ ਰਿਸਪੋਂਸ ਨਹੀਂ ਆਇਆ ਸਾਨੂੰ ਪੁਲਿਸ ਦਾ। ਮੰਗ ਸਾਨੂੰ ਇਨਸਾਫ ਦਿੱਤਾ ਜਾਵੇ, ਇਹਨੂੰ ਫੜ ਕੇ ਅੰਦਰ ਦਿੱਤਾ ਜਾਵੇ, ਇਹਦੇ ਸਾਰੇ ਪਰਿਵਾਰ ਤੋਂ ਸਾਨੂੰ ਖਤਰਾ ਹੈ। ਸਾਨੂੰ ਕੱਲ ਦੇ ਫੋਨ ਆ ਰਹੇ ਨੇ, ਮੇਰੇ ਹਸਬੈਂਡ ਦੇ ਫੋਨ ਆ ਰਹੇ ਨੇ ਕਿ ਮੈਂ ਅੰਦਰ ਤੇ ਜਾਊਂਗਾ, ਪਰ ਇੱਕ ਅੱਧਾ ਮਾਰ ਕੇ ਜਾਊਂਗਾ। ਖਤਰਾ ਤੁਹਾਨੂੰ ਜਾਣ ਦਾ? ਸਾਨੂੰ ਜਾਣ ਤੋਂ ਖਤਰਾ ਹੈ। ਦੇਖੋ ਇਹ ਮੰਗ ਕੀ ਕਰਦੇ ਹੋ? ਮੰਗ ਸਾਨੂੰ ਇਨਸਾਫ ਦਿਓ, ਇਹਨਾਂ ਨੂੰ ਫੜ ਕੇ ਅੰਦਰ ਦਿਓ। ਗੱਲਬਾਤ ਕਰਦੇ ਆ ਪੁਲਿਸ ਅਧਿਕਾਰੀ ਗੁਰਮੇਜ ਸਿੰਘ ਨੇ ਦੱਸਿਆ ਕਿ ਸਿਮਰਨ ਕੌਰ ਵੱਲੋਂ ਸ਼ਿਕਾਇਤ ਮਿਲੀ ਹੈ, ਜਿਸ ਤੋਂ ਬਾਅਦ ਮਾਮਲੇ ਤੇ ਕਾਰਵਾਈ ਕੀਤੀ ਜਾ ਰਹੀ ਹੈ। ਹਾਂਜੀ ਸਰ, ਆਪਣਾ ਨਾਮ ਤਾਂ ਲੈ ਜੂਗੀ। ਮੇਰਾ ਨਾਮ ਐਸਏ ਗੁਰਮੇਜ ਸਿੰਘ, ਥਾਣਾ ਬੀ ਡਿਵੀਜ਼ਨ ਜੀ। ਤੇ ਕੀ ਜੇ ਮਾਮਲਾ ਜਿਹੜਾ ਤੁਹਾਡੀ ਚੌਂਕੀ ਦੀ ਆਉਂਦਾ ਗਲੀ ਮਰਬੇ ਵਾਲੇ ਦੀ ਸੀਸੀਟੀਵੀ ਵਾਇਰਲ ਹੋ ਰਹੀ ਆ ਹਮਲਾ ਆ? ਇਹਦੇ ਸੰਬੰਧੀ ਆਪਣੇ ਸਿਮਰਜੀਤ ਕੌਰ ਨੇ ਸਾਨੂੰ ਇੱਕ ਦਰਖਾਸਤ ਦਿੱਤੀ ਆ ਕਿ ਇਹਦੇ ਪਤੀ ਨਵਦੀਪ ਸਿੰਘ ਨੇ, ਮਤਲਬ ਇਹਦੇ ਪਿਤਾ ਅਤੇ ਮਾਤਾ ਦੇ ਨਾਲ ਜਿਹੜੀ ਆ ਕਿ ਕੁੱਟਮਾਰ ਕੀਤੀ ਆ, ਸੀਸੀ ਕੈਮਰੇ ਦੇ ਵਿੱਚ ਆਏ ਆ, ਫੁਟੇਜ ਦੇ ਵਿੱਚ ਆਏ ਆ। ਘਟਨਾ ਸਾਹਮਣੇ ਵੀ ਆ ਵੀ ਕਿਹੜਾ ਹਥਿਆਰ ਜਿਹੜਾ ਉਹਦੇ ਕੋਲ ਚਲਾ ਤੋਂ ਮਿਲਣ? ਉਹਦੇ ਕੋਲ ਕੋਈ ਹਥਿਆਰ, ਮਤਲਬ ਇਹੋ ਕੋਈ ਦਾਤਰ ਵਗੈਰਾ ਹੀ ਹੈ? ਹਾਂਜੀ। ਅਤੇ ਕੀ ਕਾਰਵਾਈ ਕੀਤੀ ਗਈ ਪੁਲਿਸ ਨੇ? ਬਸ ਆ ਐੱਮ ਐੱਲ ਆਰ ਰਾਊਂਡ, ਮਤਲਬ ਸਾਨੂੰ ਪਹੁੰਚਦੇ ਅਤੇ ਜੋ ਵੀ ਮਤਲਬ ਕਾਰਵਾਈ ਬਣਦੀ ਹੋਊਗੀ ਅਸੀਂ ਕਰ ਦਿੰਦੇ ਹਾਂ। ਹਾਂਜੀ ਸਰ, ਕੋਈ ਇਹਨਾਂ ਦੇ ਆਪਸ ਵਿੱਚ ਕੋਈ ਘਰੇਲੂ ਝਗੜਾ ਵਾ? ਇਹਨਾਂ ਦਾ ਆਪਸ ਵਿੱਚ ਪਹਿਲਾਂ ਵੀ ਕੋਈ ਇਹਨਾਂ ਦਾ ਝਗੜਾ ਹੋਇਆ ਅਤੇ ਕਹਿੰਦੀ ਮੈਂ ਆਪਣੇ ਮਾਤਾ ਪਿਤਾ ਦੇ ਕੋਲ ਰਹਿ ਰਹੀ ਹਾਂ। ਕਿੰਨੇ ਬੰਦੇ ਫਿੱਟਰ ਹੋਏ ਹੋਏ ਜੀ? ਇਹ 3 ਆ ਜੀ। ਅੱਛਾ, ਜਾਨੀ ਨੁਕਸਾਨ ਹੋਇਆ ਸਰ? ਹਾਂਜੀ, ਜਾਨੀ ਨੁਕਸਾਨ ਹੋਇਆ? ਨਹੀਂ, ਜਾਨੀ ਨੁਕਸਾਨ ਨਹੀਂ ਕੋਈ ਹੋਇਆ ਜੀ। ਪੁਲਿਸ ਵੱਲੋਂ ਕੀ ਕਾਰਵਾਈ ਹੋਈ? ਪੁਲਿਸ ਵੱਲੋਂ ਬਸ ਉਹਨਾਂ ਦੇ ਆਪਣੇ ਆ ਇਹਨਾਂ ਦੇ ਲਿਖੇ ਬਿਆਨ 'ਤੇ ਆਪਾਂ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਦੇ ਨੇ। ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ, ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ। ਹੋ ਰਿਹਾ ਹੈ ਇੱਕ ਨਵੀਂ ਕ੍ਰਾਂਤੀ ਦਾ ਆਗਾਜ਼, ਘਰ ਬੈਠੇ ਸਰਕਾਰ ਤੱਕ ਪਹੁੰਚਾਓ ਆਪਣੀ ਆਵਾਜ਼। ਹੋਵੇ ਪੰਜਾਬੀ ਬੋਲੀ ਦਾ ਮੁੱਦਾ ਜਾਂ ਜਲਿਆਂਵਾਲੇ ਬਾਗ ਦੇ ਖੂਨੀ ਪਲ, ਹੁਣ ਲਿਆ ਜਾਵੇਗਾ ਹਰ ਇੱਕ ਚੀਜ਼ ਦਾ ਹਿਸਾਬ ਤੇ ਬ੍ਰਿਟਿਸ਼ ਸਰਕਾਰ ਨੂੰ ਪਾਰਲੀਮੈਂਟ ਵਿੱਚ ਦੇਣਾ ਪਵੇਗਾ ਜਵਾਬ। ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂਕੇ ਦੀ ਇੱਕ ਅਨੋਖੀ ਪਹਿਲ ਪੰਜਾਬੀ ਲੈਬ ਐਪ, ਅੱਜ ਹੀ ਡਾਊਨਲੋਡ ਕਰੋ, ਨਾਲ ਹੀ ਹਰ ਇੱਕ ਇਨਫੋਰਮੇਸ਼ਨ ਭਰ ਕੇ ਆਪਣੇ MP ਨੂੰ ਈਮੇਲ ਰਾਹੀਂ ਸਬਮਿਟ ਕਰੋ, ਜੋ ਬਣੇਗੀ ਤੁਹਾਡੇ ਅਤੇ ਤੁਹਾਡੇ ਬੱਚਿਆਂ ਦੀ ਸਾਥੀ, ਕਰੇਗੀ ਤੁਹਾਡੇ ਹੱਕਾਂ ਦੀ ਰਾਖੀ।
देश दुनिया दीआं ताज़ा खबरां दे लई हुणे प्ले स्टोर तों डाउनलोड करो पंजाब दी आवाज़ अजीत न्यूज़ ऐप। हुण तुहाडा अपना अजीत हर सोशल मीडिया प्लेटफार्म दे उत्ते उपलब्ध है। फेसबुक दे उत्ते हुणे लाइक ते फॉलो करो अजीत दा ऑफिशियल पेज डेली अजीत ते हाँ नाल ही दोस्तां नूं पेज लाइक करन दे लई इनवाइट करना ना भुलना। इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। तुहाडा अपना भरोसेयोग चैनल तुहाडी अपनी आवाज़ पंजाब दी आवाज़ अजीत।